ਆਪਾਂ ਗੱਲਾਂ ਕਰਦੇ ਹਾਂ ਬੇਅਦਬੀ ਦੀਆਂ ਵੀ ਉਹ ਸਰਸੇ ਵਾਲੇ ਦੇ ਚੇਲੇ ਨੇ ਬਦਨਾ ਬੇਅਦਬੀ ਕਰਤੀ, ਉਹ ਫਲਾਣੇ ਨੇ ਕਰਤੀ, ਆ ਸਾਡੇ ਵਾਲੇ ਘੱਟ ਨੇ, ਇਹ ਸਰਸੇ ਵਾਲੇ ਤੋਂ ਘੱਟ ਨੇ ਕਿਤੇ, ਆ ਦਿਖਾ ਦਿਓ ਘੱਟ, ਇਹ ਵੀ ਇਹ ਮੱਸੇ ਤੋਂ ਵੀ ਘੱਟ ਲੰਘੇ ਮੈਨੂੰ ਲੱਗਦਾ, ਤੇ ਜਦੋਂ ਕਿਤੇ ਸੁਖਮਨੀ ਸਾਹਿਬ ਕਿਤੇ ਬਾਬੇ ਨੇ ਕਰਨਾ ਹੋਵੇ ਆਂਢ ਗੁਆਂਢ ਚ, ਉਦੋਂ ਮਹਾਰਾਜ ਸਰੂਪ ਸਿਰਫ ਉਦੋਂ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਫੇਰ ਲਿਆ ਕੇ ਤੇ ਮਹਾਰਾਜ ਸੁਖ ਆਸਣ ਇੱਥੇ ਕਰ ਦਿੰਦਾ। ਆਹ ਗੁਰੂ ਘਰ ਸਦੋ, ਜੇ ਗੁਰੂ ਘਰ ਦੱਸੋ ਮੈਨੂੰ ਗੁਰੂ ਘਰ ਆ, ਆ ਤੁਹਾਨੂੰ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਆ, ਪੋਥੀਆਂ ਸਾਹਿਬ ਪੰਡ ਬਣ ਕੇ ਇੱਥੇ ਕਿਉਂਕਿ ਆਉਂਦਾ ਹੀ ਨੀ ਕੋਈ ਨੀ ਇੱਥੇ ਗੁਰੂ ਘਰ, ਠੀਕ ਆ। ਆਹ ਸੱਚਖੰਡ ਬਣਾਇਆ ਜਿਹੜਾ ਐਸ ਅਲਮਾਰੀ ਦੇ ਲੈਣ ਦੇ, ਐਸ ਅਲਮਾਰੀ ਦੇ ਵਿੱਚ ਮਹਾਰਾਜ ਜੀ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਬੰਦ ਕਰਕੇ ਰੱਖੇ ਹੋਏ ਨੇ। ਉੱਤੇ ਵੀ ਘੱਟਾ ਉਹਦਾ, ਤੇ ਘੱਟਾ ਮਿੱਟੀ ਤਾਂ ਚੰਦਵਾ ਸਾਹਿਬ ਉੱਤੇ, ਇਹ ਨਹੀਂ ਕਹਿੰਦਾ ਵੀ ਇਹ ਸੁਖਾਸਨ ਨੇ ਮਹਾਰਾਜ, ਇਹ ਮਹਾਰਾਜ ਇੱਥੇ ਬੰਦ ਕਰਕੇ ਰੱਖੇ ਹੋਏ ਨੇ। ਸਾਨੂੰ ਬੜੀਆਂ ਗੱਲਾਂ ਕਰਦੇ ਨੇ ਲੋਕ ਫੇਸਬੁੱਕਾਂ ਦੇ ਉੱਤੇ, ਹੈਨਾ, ਬੜੇ ਕਮੈਂਟ ਕਰਦੇ ਆ ਘਰੇ ਬੈਠੇ ਹੀ ਵੀ ਤੁਸੀਂ ਐਂ ਕਰਦੇ ਹੋ, ਤੁਸੀਂ ਜੋਬ ਕਰਦੇ ਹੋ, ਆਹ ਜਿਹੜੇ ਸਾਰੇ ਤੁਰੇ ਫਿਰਦੇ ਆ ਸਾਰੇ ਕਿਰਤੀ ਨੇ, ਕੋਈ ਇਹਨਾਂ 'ਚ ਵਿਹਲਰ ਨਹੀਂ ਹੈਗਾ ਵਿਚਾਰਾ, ਕੋਈ ਡੇਰੇਦਾਰ ਨਹੀਂ ਹੈਗਾ ਵੀ ਡੇਰੇ ਬਣਾ ਕੇ ਬੈਠੇ ਹੋਣਗੇ, ਪਰ ਜਦੋਂ ਪਤਾ ਲੱਗਦਾ ਨਾ ਵੀ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਆ, ਉਦੋਂ ਰਹਿ ਨਹੀਂ ਹੁੰਦਾ। ਇੱਥੇ ਖਲੋਤਾ ਨਹੀਂ ਆਉਣ ਡਿਆ, ਕਿੰਨੀ ਗਰਮੀ, ਖੜਿਆ ਨਹੀਂ ਜਾਂਦਾ, ਹੁੰਮਸ ਇੰਨੀ ਆ ਵੀ ਸਾਹ ਨਹੀਂ ਆਉਂਦਾ ਚੰਗੀ ਤਰ੍ਹਾਂ, ਠੀਕ ਆ। ਤੇ ਇਹ ਹਾਂ ਪੁੱਤ ਬਣਾਈਆਂ, ਇਹ ਸਾਰਾ ਇਹ ਸਿਸਟਮ ਆ, ਬੰਦਾ ਕੋਈ ਲਾਈਟ ਨਹੀਂ, ਕੋਈ ਪੱਖਾ ਨਹੀਂ ਚੱਲਦਾ, ਕੁਛ ਨਹੀਂ। ਤੇ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ, ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਦਾ, ਮੈਂ ਵਾਰ ਵਾਰ ਤਾਂ ਕਿਉਂ ਗੱਲ ਕਹਿ ਰਿਹਾ, ਤੇ ਜਿਹੜੇ ਲੋਕ ਆਪਣੇ ਆਪ ਨੂੰ ਇਹ ਮਾਲਕ ਘੋਸ਼ਿਤ ਕਰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਮਾਲਕ ਆ, ਇਹ ਉਹਨਾਂ ਦੀਆਂ ਕਰਤੂਤਾਂ ਦੇ ਨਾਲ ਉਹਨਾਂ ਦੀ ਗ੍ਰੰਥੀ ਚਵਲ, ਕਿੰਨਾ ਦਾ ਗ੍ਰੰਥੀ ਦਾ ਪਤਾ ਕਿਸੇ ਨੂੰ, ਉਹਨੂੰ ਮਸ਼ਹੂਰ ਕਰੋ, ਆਇਆ ਹੀ ਨਹੀਂ ਕਹਿੰਦੇ, ਸਿੰਘ ਸਵੇਰ ਦੇ ਉਹਨੂੰ ਫੋਨ ਕਰੀ ਜਾਂਦੇ ਨੇ, ਉਹ ਮੂਰਖ ਬਣਾਈਦਾ ਗਾੜੀਓ, ਆਏ ਨੀ ਚਾਬੀ ਲੈ ਕੇ, ਹੁਣ ਸਾਨੂੰ ਜੰਦੇ ਤੋੜਨੇ ਪਏ ਨੇ, ਦੱਸੋ ਕਿੱਥੇ ਜਾਈਏ, ਇੱਕ ਮੀਂਹ ਹੋਰ ਪੈ ਜਾਂਦਾ, ਛੱਤ ਉੱਤੋਂ ਡਿੱਗ ਪੈਣੀ, ਡਿੱਗਣ ਵਾਲੇ ਨੇ ਜੀ, ਬਾਲੇ ਡਿੱਗਣ ਵਾਲੇ ਨੇ, ਛੱਤ ਉੱਤੋਂ ਡਿੱਗ ਪੈਣੀ, ਹੁਣ ਆਹ ਗੁਰੂ ਘਰ ਬਿਲਕੁਲ ਬੰਦ ਆ, ਕੋਈ ਸ਼ਾਰਟ ਸਰਕਟ ਹੋ ਜਾਏ ਇੱਥੇ, ਕੋਈ ਗੱਲਬਾਤ ਹੋ ਜਾਏ, ਕੋਈ ਆ ਕੇ ਜੰਦਾ ਤੋੜ ਕੇ ਅੰਗ ਪਾੜ ਕੇ ਸੁੱਟਦੇ ਮਹਾਰਾਜ, ਇਹ ਲੋਕ ਹੀ ਰੱਖਿਆ ਹੈ ਨਾ, ਮਤਲਬ ਲੋਕ ਸਾਹਿਬ ਜੀ 12-13 ਸਾਲ ਤੋਂ ਬੇਨਤੀ ਕਰ ਰਹੇ ਜੇ, ਇੱਕ ਤਕਰੀਬਨ ਕਹਿੰਦੇ ਵੀ ਜਦੋਂ ਦਾ ਇਹ ਗੁਰੂ ਘਰ ਮਤਲਬ ਇਹਨਾਂ ਲੋਕਾਂ ਨੇ ਬਣਾਇਆ ਸਿਸਟਮ, ਇਹ ਉਦੋਂ ਦਾ ਉਹਨਾਂ ਦੇ ਪ੍ਰਬੰਧ 'ਚ, ਤੇ ਇਹ ਇੱਦਾਂ ਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਸਾਹਿਬ ਦੀ ਹੋਰ ਹੀ ਬੇਅਦਬੀ, ਗੁਰੂ ਪਾਤਸ਼ਾਹ ਦੇ ਨਾ ਪ੍ਰਕਾਸ਼, ਵੇਖੋ ਕੀ ਹਾਲਾਤ ਬਣਾਇਆ, ਲੌਕ ਕਰ ਦਿੱਤਾ ਸੀ। ਵਾਹਿਗੁਰੂ ਨਹੀਂ ਸੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਸੇਲ ਪਿੰਡ ਗੁਰੂ ਘਰ ਹੈ ਜਿਹੜਾ ਕਿ ਲੰਮੇ ਸਮੇਂ ਤੋਂ ਬੰਦ ਆ, ਜਿੰਦਾ ਬੱਜਾ ਹੋਇਆ, ਜਿਹੜਾ ਬਾਬਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਇੱਥੇ ਸੇਵਾ ਕਰਦਾ ਸੇਵਾਦਾਰ, ਐ ਜੇ ਉਹਦੇ ਵੱਲੋਂ ਇੱਥੇ ਆਇਆ ਹੀ ਨੀ ਜਾਂਦਾ, ਆਉਂਦਾ ਹੀ ਨੀ, ਉਹ ਨਾ ਖੋਲਦਾ, ਨਾ ਨਿਤਨੇਮ ਕਰਦਾ, ਨਾ ਸਿਰੇ, ਨਾ ਪ੍ਰਕਾਸ਼ ਕਰਦਾ, ਨਾ ਸੰਤੋਖਦਾ ਮਹਾਰਾਜ ਨੂੰ, ਨਾ ਹੀ ਗੁਰੂ ਘਰ ਜੀ ਇੱਥੇ ਕੋਈ ਸੰਗਤ ਆਉਂਦੀ, ਉਹ ਸੰਗਤ ਉਦੋਂ ਦਰਵਾਜ਼ਾ ਨਹੀਂ ਖੁੱਲਦਾ। ਹੁਣ ਚਾਬੀ ਜਿਹੜੀ ਆ ਉਹ ਜਿਹੜੇ ਪ੍ਰਬੰਧਕ ਨੇ, ਜਿਹੜੇ ਮਾਲਕ ਆਪਣੇ ਆਪ ਨੂੰ ਕਹਿੰਦੇ ਨੇ ਇਸ ਗੁਰੂ ਘਰ ਦਾ, ਵੀ ਅਸੀਂ ਜ਼ਮੀਨ ਦਿੱਤੀ ਸੀਗੀ ਬਣਾਇਆ, ਉਹ ਸਵੇਰ ਦਾ ਇਹਨਾਂ ਨੂੰ ਇਹ ਉਹਨਾਂ ਨੂੰ ਉਡੀਕੀ ਜਾਂਦੇ ਨੇ, ਇਹਨਾਂ ਨੂੰ ਕਹੀ ਹੁਣ ਆਉਂਦੇ ਆ, ਹੁਣ ਆਉਂਦੇ ਚਾਬੀ ਲੈ ਕੇ, ਉਹ ਚਾਬੀ ਲੈ ਕੇ ਨਹੀਂ ਆ ਰਹੇ, ਬਾਬਾ ਕਹਿੰਦਾ ਚਾਬੀ ਮੇਰੇ ਕੋਲ ਹੈ ਨਹੀਂ, ਅੱਗੇ ਬਾਬਾ ਪ੍ਰਬੰਧਕ। ਹੁਣ ਪ੍ਰਸ਼ਾਸਨ ਨੂੰ ਅਸੀਂ ਗਏ ਸੀ ਪ੍ਰਸ਼ਾਸਨ ਕੋਲ ਤਾਂ ਗਏ ਸੀ ਵੀ ਮੁੜ ਕੇ ਸਾਨੂੰ ਲੋਕ ਕਹਿੰਦੇ ਵੀ ਇਹ ਜੇ ਧੱਕਾ ਕਰਦੇ ਨੇ, ਡਾਂਗਾ ਫੇਰਦੇ ਨੇ, ਕੁੱਟਦੇ ਨੇ, ਐਂ ਕਰਦੇ ਨੇ। ਸੋ ਪ੍ਰਸ਼ਾਸਨ ਦੀ ਹਾਜ਼ ਜੀ ਪਿੰਡ ਦੇ ਮੋਹਤਬਾਰ ਜਿਹੜੇ ਸਰਪੰਚ ਸਾਹਿਬ ਨੇ ਜਾਂ ਹੋਰ ਮੋਹਤਬਾਰ ਨੇ, ਇਹਨਾਂ ਨੂੰ ਵੀ ਬੇਨਤੀ ਕੀਤੀ ਸੀ, ਇਹਨਾਂ ਸਾਰਿਆਂ ਗੱਲ ਦੱਸੀ ਆ, ਈਵਨ ਆਂਢ ਗੁਆਂਢ ਨੇ ਵੀ ਇਹ ਗੁਰੂ ਘਰ ਤਕਰੀਬਨ 2 ਮਿੰਟ ਤਾਂ ਹੋ ਗਏ ਆ ਵੀ ਜਿਹੜਾ ਬੰਦ ਹੀ ਆ, ਪ੍ਰਕਾਸ਼ ਨਾ ਤਾਂ ਹੁੰਦੇ ਨੇ ਮਹਾਰਾਜ, ਘੱਟਾ ਬਹੁਤ ਹੁੰਦੇ ਨੇ।
ਅੰਦਰ ਕੀ ਹਾਲਾਤ ਨੇ ਮਾਰ ਤੁਸੀਂ ਆਪੇ ਹਿਸਾਬ ਲਓ ਵੀ 2 ਮਿੰਟ ਜੋ ਗੁਰੂ ਸਾਹਿਬ ਬੰਦ ਨੇ ਕਮਰੇ ਦੇ ਵਿੱਚ ਸੁਖ ਪ੍ਰਕਾਸ਼ ਤਾਂ ਹੈ ਹੀ ਨਹੀਂ ਨਾ ਹੁੰਦਾ ਹੀ ਨਹੀਂ ਪ੍ਰਕਾਸ਼ ਵੀ ਜਿੰਦੇ ਤੋੜ ਕੇ ਅੰਦਰ ਆਏ ਹਾਂ ਤੇ ਜਿੰਦੇ ਤੋੜ ਕੇ ਅੰਦਰ ਜਦੋਂ ਗਏ ਹਾਂ ਤੇ ਮਹਾਰਾਜ ਜੀ ਸੁਖ ਆਸਨ ਤੇ ਬਿਰਾਜਮਾਨ ਨੇ ਪ੍ਰਕਾਸ਼ ਨਹੀਂ ਹੈਗੇ ਇਹ ਗੁਰੂ ਘਰ ਆ ਗੁਰਦੁਆਰਾ ਵਾ ਸਵੇਰੇ ਸ਼ਾਮ ਨਿਤਨੇਮ ਹੋਣਾ ਚਾਹੀਦਾ ਮਹਾਰਾਜ ਪ੍ਰਕਾਸ਼ ਹੋਣੇ ਚਾਹੀਦੇ ਆ ਆਪਾਂ ਗੱਲਾਂ ਕਰਦੇ ਹਾਂ ਬੇਦਬੀ ਦੀਆਂ ਵੀ ਉਹ ਸਰਸੇ ਵਾਲੇ ਦੇ ਚੇਲੇ ਨੇ ਬਦਨਾ ਬੇਅਦਬੀ ਕਰਤੀ ਉਹ ਫਲਾਣੇ ਨੇ ਕਰਤੀ ਆ ਸਾਡੇ ਵਾਲੇ ਘੱਟ ਨੇ ਇਹ ਸਰਸੇ ਵਾਲੇ ਤੋਂ ਘੱਟ ਨੇ ਕਿਤੇ ਆ ਦਿਖਾ ਦਿਓ ਘੱਟ ਇਹ ਵੀ ਇਹ ਮੱਸੇ ਤੋਂ ਵੀ ਜ਼ਿਆਦਾ ਲੰਘੇ ਮੈਨੂੰ ਲੱਗਦਾ ਜਦੋਂ ਕਿਤੇ ਸੁਖਮਨੀ ਸਾਹਿਬ ਕਿਤੇ ਬਾਬੇ ਨੇ ਕਰਨਾ ਹੋਵੇ ਆਂਢ ਗੁਆਂਢ ਉਦੋਂ ਮਹਾਰਾਜ ਸਰੂਪ ਸਿਰਫ ਉਦੋਂ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਫੇਰ ਲਿਆ ਕੇ ਤੇ ਮਹਾਰਾਜ ਸੁਖ ਆਸਨ ਇੱਥੇ ਕਰ ਦਿੰਦਾ ਆਹ ਗੁਰੂ ਘਰ ਸਦੋ ਜੇ ਗੁਰੂ ਘਰ ਦੱਸੋ ਮੈਨੂੰ ਗੁਰੂ ਘਰ ਆ ਆ ਤੁਹਾਨੂੰ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਮਹਾਰਾਜ ਜੀ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਬੰਦ ਕਰਕੇ ਰੱਖੇ ਹੋਏ ਨੇ ਘੱਟਾ ਮਿੱਟੀ ਇਹ ਨੀ ਕਹਿੰਦਾ ਵੀ ਇਹ ਸੁਖਾਸਨ ਨੇ ਮਹਾਰਾਜ ਇਹ ਮਹਾਰਾਜ ਇੱਥੇ ਬੰਦ ਕਰਕੇ ਰੱਖੇ ਹੋਏ ਨੇ ਸਾਨੂੰ ਬੜੀਆਂ ਗੱਲਾਂ ਕਰਦੇ ਨੇ ਲੋਕ ਫੇਸਬੁੱਕਾਂ ਦੇ ਉੱਤੇ ਨਾ ਬੜੇ ਕਮੈਂਟ ਕਰਦੇ ਆ ਘਰੇ ਬੈਠੇ ਹੀ ਵੀ ਤੁਸੀਂ ਐਂ ਕਰਦੇ ਹੋ ਤੁਸੀਂ ਜੋਬ ਕਰਦੇ ਹੋ ਆਹ ਜਿਹੜੇ ਸਾਰੇ ਤੁਰੇ ਫਿਰਦੇ ਸਾਰੇ ਕਿਰਤੀ ਨੇ ਕੋਈ ਇਹਨਾਂ ਚ ਵਿਹਲਣ ਨਹੀਂ ਹੈਗਾ ਵਿਚਾਰਾ ਕੋਈ ਡੇਰੇਦਾਰ ਨਹੀਂ ਹੈਗਾ ਵੀ ਡੇਰੇ ਬਣਾ ਕੇ ਬੈਠੇ ਹੋਣਗੇ ਪਰ ਜਦੋਂ ਪਤਾ ਲੱਗਦਾ ਨਾ ਵੀ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਆ ਉਦੋਂ ਰਹਿ ਨਹੀਂ ਹੁੰਦਾ ਇੱਥੇ ਖਲੋਤਾ ਨਹੀਂ ਆਉਣ ਡਿਆ ਕਿੰਨੀ ਗਰਮੀ ਖੜਿਆ ਨਹੀਂ ਜਾਂਦਾ ਹੁੰਮਸ ਇੰਨੀ ਆ ਵੀ ਸਾਹ ਨਹੀਂ ਆਉਂਦਾ ਚੰਗੀ ਤਰ੍ਹਾਂ ਠੀਕ ਆ ਤੇ ਇਹ ਹਾਂ ਪੁੱਤ ਬਣਾਈਆਂ ਇਹ ਸਾਰਾ ਇਹ ਸਿਸਟਮ ਆ ਬੰਦਾ ਕੋਈ ਲਾਈਟ ਨਹੀਂ ਕੋਈ ਪੱਖਾ ਨਹੀਂ ਚੱਲਦਾ ਕੁਛ ਨਹੀਂ ਤੇ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਦਾ ਮੈਂ ਬਾਰ ਬਾਰ ਤਾਂ ਕਿਉਂ ਗੱਲ ਕਹਿ ਰਿਹਾ ਤੇ ਜਿਹੜੇ ਲੋਕ ਆਪਣੇ ਆਪ ਨੂੰ ਇਹ ਮਾਲਕ ਘੋਸ਼ਿਤ ਕਰਦੇ ਨੇ ਇਸ ਗੁਰੂ ਘਰ ਦਾ ਵੀ ਅਸੀਂ ਮਾਲਕ ਆ ਇਹ ਉਹਨਾਂ ਦੀਆਂ ਕਰਤੂਤਾਂ ਦੇ ਨਾਲ ਉਹਨਾਂ ਦੇ ਗ੍ਰੰਥੀ ਚਵਲ ਕਿੰਨਾ ਦਾ ਗ੍ਰੰਥੀ ਦਾ ਪਤਾ ਕਿਸੇ ਨੂੰ ਸ਼ਾਰਟ ਸਰਕਟ ਹੋ ਜੇ ਇੱਥੇ ਕੋਈ ਗੱਲਬਾਤ ਹੋ ਜੇ ਕੋਈ ਆ ਕੇ ਜੰਦਾ ਤੋੜ ਕੇ ਅੰਗ ਪਾੜ ਕੇ ਸੁੱਟਦੇ ਮਹਾਰਾਜ ਲੋਕ ਹੀ ਰੱਖਿਆ ਮਤਲਬ ਮਹਾਰਾਜ ਜੀ ਦਾ ਪ੍ਰਕਾਸ਼ ਅੰਦਰ ਮਹਾਰਾਜ ਜੀ ਤਾਂ ਬੰਦ ਕਰੇ ਹੋਏ ਨੇ ਮੈਂ ਯੂਜ਼ ਕਰਨਾ ਪੈ ਰਿਹਾ ਬੰਨ ਕੇ ਲਿਆ ਕੇ ਦੋ ਕਮਰੇ 2 ਘੰਟੇ ਜੇ ਕੱਢ ਜਾਣ ਤੇ ਮੈਂ ਉਹਨਾਂ ਨੂੰ ਮੰਨ ਜਾ ਉਹਨਾਂ ਨੂੰ ਇੱਥੇ ਮੰਨ ਕੇ ਨਾ ਬਹਿਣਾ ਚਾਹੀਦਾ ਵਾ ਜਿੰਨੀ ਗਰਮੀ ਦੇ ਵਿੱਚ ਮਹਾਰਾਜ ਦਾ ਸਰੂਪ ਇਹਨਾਂ ਨੇ ਇੱਥੇ ਰੱਖਿਆ ਵਾ ਬਹੁਤ ਮਾੜੇ ਹਾਲਾਤ ਆ ਵਾਹਿਗੁਰੂ ਸੱਚੀ ਪਾਤਸ਼ਾਹ ਵਾਹਿਗੁਰੂ 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 ਹੋਰ ਇੱਕ ਦੋ ਵਾਰ ਮੀਂਹ ਪੈਂਦੇ ਤੇ ਆਹ ਛਾਤੇ ਵੀ ਡਿੱਗ ਪੈਣੀ ਸੀ ਆਹ ਜਿਹੜੇ ਬਾਲੇ ਆ ਉਹ ਇੱਟਾਂ ਜਿਹੜੀਆਂ ਮਤਲਬ ਕਿ ਇੰਨੇ ਚਿਰ ਤੋਂ ਗੁਰੂ ਸਾਹਿਬ ਨੂੰ ਕੈਦ ਕਰਿਆ ਹੋਇਆ ਤੇ ਇੱਕ ਦੋ ਮੀਂਹ ਪੈਂਦੇ ਉਸ ਤੋਂ ਬਾਅਦ ਸਾਰਾ ਕੁਝ ਗਰਮੀ ਵੇਲਾ ਇੱਥੇ ਬੰਦੇ ਕੋਲ ਖਲੋ
ਤਾਂ ਨੀ ਜਾਣ ਡਿਆ ਇੱਕ ਦੋ ਮਿੰਟ ਵੀ, ਤੇ ਇਹਨਾਂ ਜੇ ਮੰਨ ਲਓ ਇਹ ਜਿਹੜਾ ਬੰਦੇ ਨੇ ਕਾਰਾ ਕਰਿਆ ਆਪਣਾ ਉਹਨੂੰ ਦੋ ਘੰਟੇ ਇੱਥੇ ਬੰਨਣਾ ਚਾਹੀਦਾ, ਤੇ ਉਹਦੀ ਅਗਲ ਟਿਕਾਣੇ ਆ ਜਾਣੀ ਬੰਦ ਹੀ ਇਹ ਕਰਤਾ ਕਿੰਨੇ ਚਿਰ ਆਹ ਕੋਈ ਬਸਤਰ ਇਹਨਾਂ ਦੇ ਹਾਲ ਬਸਤਰਾਂ ਦੇ ਆਹ ਬਸਤਰ ਦੇ ਆਹ ਮਹਾਰਾਜ ਦੇ ਉੱਤੋਂ ਗਾੜੀਓ ਕਹਿਣ ਡਿਆ ਕਿ ਅਸੀਂ ਨੀ ਆਉਣਾ ਹਨਾ ਇਹ ਅੱਜ ਤੇ ਨੀ ਫੋਨ ਸੰਗਤ ਜਿਹੜੀ ਆ ਫੋਨ ਕਰਦੀ ਉਹ ਨਿਆਣ ਹੀ ਕੋਈ ਦਿੰਦੇ ਜੇ ਅੱਜ ਫੋਨ ਕੀਤਾ ਸਵੇਰ ਦਾ ਸਵੇਰ ਦੇ ਘੰਟੇ ਹੁਣ ਆ ਗਏ ਕੱਲ ਹੁਣੇ ਆ ਗਏ ਲੋਕ ਇਦਾਂ ਹੀ ਮਾਰ ਰਹੇ ਨੇ ਲੋਕ ਇਦਾਂ ਹੀ ਲੱਗਾ ਹੋਇਆ ਵਾ ਆ ਤਾਂ ਤੋੜ ਕੇ ਕੱਢਣੇ ਵੇਖੋ ਮੀਂਹ ਦੇ ਜਿਹੜੇ ਬਾਰਿਸ਼ ਪਾਣੀ ਪੈਂਦਾ ਵਾ ਉਹਦਾ ਹਾਲ ਦੇ ਨਾਲ ਸਾਰਾ ਗੰਦਾ ਹੋ ਗਿਆ ਵਾ ਕੀ ਇਹਨਾਂ ਦਾ ਭਲਾ ਹੋਊਗਾ ਕਿ ਲੋਕ